ਜੋ ਚੋ ਕਰਮ ਕੀਆ ਲਾਲਚ ਲੱਗ ਜੋ ਜੋ ਕਰਮ ਕੀਆ ਲਾਲਚ ਲੱਗ ਆਪ ਬੰਧਾ ਆਪ ਬੰਧਾ।
जो
ਜੋ ਜੋ ਕਰਮ ਕੀਓ ਲਾਲਚ ਲਾਗੇ। ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਭਾਉ ਸਿਧਾਇਆ, ਵੱਡਾ ਹੋਆ ਦੁਨੀਦਾਰ। ਗਲ ਸੰਗਲ ਤੈਂ ਤੈਂ ਆਪ ਬੰਧਾਇਓ, ਗਲ ਸੰਗਲ ਘੱਤ ਚਲਾਇਆ। ਜੋ ਜੋ ਕਰਮ ਕੀਓ ਲਾਲ ਅੱਗੇ ਅੱਗੇ ਕਰੁਣੀ ਕੀਰਤ ਵਾਜੀਐ। ਜੋ ਜੋ ਕਰਮ ਕੀਓ ਲਾਲ ਚਿਲਕ ਅੱਗੇ ਕਰੁਣੀ ਕੀਰਤ ਵਾਜੀਐ। ਬੇਲੇਖਾ ਕਰ ਸਮਝਾਇਆ, ਜੋ ਜੋ ਕਰਮ ਕੀਓ ਲਾਲ ਚਿਲਕੇ। ਬੇਲੇਖਾ ਕਰ ਸਮਝਾਇਆ, ਨਿਤ ਦਿਨ ਸਿਰਾਤ ਲਾਲਚ ਕਰੇ ਭਰ ਮੇ ਭਰ ਮਾਇਆ। ਨਿਤ ਦਿਨ ਸੁਰਾਤ ਲਾਲਚ ਕਰੇ ਭਰ ਮੇ ਭਰ ਮਾਇਆ। ਵਿਗਾਰ ਫਿਰੇ ਵਿਗਾਰੀਆ, ਜੋ ਜੋ ਕਰਮ ਕੀਓ ਲਾਲਚ ਲਗ ਵਿਗਾਰ ਫਿਰੇ ਵਿਗਾਰੀਆ। ਸਿਰ ਭਾਰ ਉਠਾਇਆ, ਵਿਗਾਰ ਮਜ਼ਦੂਰੀ। ਸੰਸਾਰ ਅੰਦਰ ਜੋ ਕੁਛ ਵੀ ਕੋਈ ਕਰ ਰਿਹਾ ਹੈ, ਇੱਕ ਮਜ਼ਦੂਰ ਵਾਂਗੂ ਮਜ਼ਦੂਰੀ ਕਰ ਰਿਹਾ। ਕਿਸੇ ਦੀ ਮਜ਼ਦੂਰੀ ਜ਼ਿਆਦਾ, ਕਿਸੇ ਦੀ ਘੱਟ ਹੈ, ਕੋਈ ਵਿਚਾਰਾ ਸਾਰਾ ਦਿਨ ਮਜ਼ਦੂਰੀ ਕਰਦਾ ਅਤੇ ਸ਼ਾਮ ਨੂੰ ਰੋਟੀ ਮਿਲਦੀ ਹੈ, ਤੇ ਕੋਈ ਕੁਝ ਪਲ ਮਜ਼ਦੂਰੀ ਕਰਦਾ ਹੈ ਤੇ ਦੌਲਤ ਦੇ ਅੰਬਾਰ ਲੱਗ ਜਾਂਦੇ ਨੇ। ਇਹ ਗੱਲ ਵੱਖਰੀ ਹੈ, ਮਜ਼ਦੂਰੀ ਕਿਸੇ ਦੀ ਜ਼ਿਆਦਾ ਹੈ, ਕਿਸੇ ਦੀ ਘੱਟ ਹੈ, ਪਰ ਹੈ ਮਜ਼ਦੂਰੀ। ਅਮੀਰ ਨੂੰ ਜਿਹਨੇ ਹਜ਼ਾਰਾਂ ਲੱਖਾਂ ਕਮਾ ਲਏ ਨੇ, ਉਹਨੇ ਵੀ
ਮਜ਼ਦੂਰੀ ਬਿਲਕੁਲ ਨਾ ਕੀਤੀ ਹੁੰਦੀ ਜੇ ਉਹਨੂੰ ਪਤਾ ਹੁੰਦਾ ਇੱਥੋਂ ਕੁਛ ਨਹੀਂ ਮਿਲਣਾ। ਜੇ ਉਹਨੂੰ ਪਤਾ ਹੁੰਦਾ ਇਸ ਬਿਜ਼ਨਸ ਵਿੱਚ ਕੁਛ ਨਹੀਂ, ਨੁਕਸਾਨ ਹੈ, ਘਾਟਾ ਹੈ, ਉਹ ਕਿਉਂ ਕਰਦਾ? ਅਤੇ ਜੇ ਗਰੀਬ ਨੂੰ ਵੀ ਪਤਾ ਹੋਵੇ ਸ਼ਾਮਾਂ ਨੂੰ ਰੋਟੀ ਜੋਗ ਕੇ ਪੈਸੇ ਵੀ ਨਹੀਂ ਮਿਲਣੇ ਤਾਂ ਉਹ ਵੀ ਕਿਉਂ ਕਰਦਾ? ਗੱਲ ਤਾਂ ਦੋਹਾਂ ਦੀ ਮਜ਼ਦੂਰੀ 'ਤੇ ਖੜੀ ਹੈ। ਗੁਰੂ ਕਹਿੰਦੇ ਨੇ ਮੈਨੂੰ ਦਿਸਦਾ ਸੰਸਾਰ ਦਾ ਜਿੰਨਾ ਵਿਹਾਰ ਹੈ ਉਹ ਵਿਹਾਰ ਭਾਵੇਂ ਰਿਸ਼ਤਿਆਂ ਵਿੱਚ ਬਦਲ ਜਾਂਦਾ, ਨਾਮ ਹੀ ਬਦਲਣੇ ਨੇ। ਕਿਸ ਰਿਸ਼ਤੇ ਦਾ ਉਹਨੂੰ ਪਤਾ ਹੋਵੇ ਇਹਦੇ ਨਾਲ ਰਿਸ਼ਤਾ ਪਾਉਣ ਨਾਲ, ਇਹਦੇ ਨਾਲ ਦੋਸਤੀ ਪਾਉਣ ਨਾਲ, ਇਹਦੇ ਕੋਲ ਬੈਠਣ ਨਾਲ ਕੋਈ ਲਾਭ ਨਹੀਂ। ਉਹਨੂੰ ਕੋਈ ਰਾਹ ਜਾਂਦੇ ਫਤਿਹ ਵੀ ਨਾ ਬੁਲਾਵੇ, ਨਾ ਬੁਲਾਵੇ। ਬਾਬਾ ਰਾਮਦਾਸ ਜੀ ਨੇ ਵੀ ਐਵੇਂ ਨਹੀਂ ਆਖ ਦਿੱਤਾ, ਕਹਿਣ ਲੱਗੇ ਮੈਨੂੰ ਕੋਈ ਬੁਲਾਉਣਾ ਵੀ ਨਹੀਂ ਸੀ ਚਾਹੁੰਦਾ। ਆ ਜਿਹੜੇ ਮੇਰੇ ਦੁਆਲੇ ਹੁਣ ਬੈਠੇ ਨੇ, ਬਾਬਾ ਰਾਮਦਾਸ ਕਹਿੰਦਾ ਹੈ ਇਹਨਾਂ ਵਿੱਚੋਂ ਮੈਨੂੰ ਕੋਈ ਬੁਲਾਉਂਦਾ ਵੀ ਨਾ, ਇਹ ਸਭ ਇਸ ਖਿਆਲ ਨਾਲ ਬੈਠੇ ਨੇ ਰਾਮਦਾਸ ਦੇ ਕੋਲ ਬੈਠਿਆਂ ਕੁਛ ਮਿਲੇਗਾ। ਆ ਮਿਲੇਗਾ ਲਫਜ਼ ਜਿਹੜਿਆਂ ਨਾ, ਇਹ ਮਨੁੱਖ ਦੀ ਮਜ਼ਦੂਰੀ ਹੈ। ਮਨੁੱਖ ਕੁਛ ਲੈਣਾ ਚਾਹੁੰਦਾ, ਜਿੱਥੋਂ ਕੁਛ ਨਾ ਮਿਲੇ ਉਹਦੇ ਨਾਲ ਸੰਬੰਧ ਵੀ ਨਹੀਂ ਰੱਖਦਾ, ਉਹਦੀ ਮਜ਼ਦੂਰੀ ਵੀ ਨਹੀਂ ਕਰਦਾ। ਪਰ ਇੱਕ ਗੱਲ ਖਿਆਲ ਕਰਿਓ, ਗੁਰੂ ਨੇ ਬਾਣੀ ਵਿੱਚ ਵਿਗਾਰ ਲਫ਼ਜ਼ ਕਿਉਂ ਵਰਤਿਆ ਹੈ? ਮਜ਼ਦੂਰੀ ਕਹਿੰਦੇ ਨੇ ਵਿਗਾਰ ਕਰਨ ਵਾਲਾ ਜੋ ਕੁਛ ਵੀ ਕਰਦਾ ਹੈ ਉਹਦਾ ਆਪਣਾ ਨਹੀਂ ਹੁੰਦਾ। ਵਿਗਾਰ ਫਿਰੇ ਵਿਗਾਰੀਆ, ਸਿਰ ਭਾਰ ਉਠਾਇਆ। ਮਜ਼ਦੂਰ ਨੇ ਮਜ਼ਦੂਰੀ ਕਰਨੀ ਹੈ, ਆ ਸਟੇਸ਼ਨਾਂ 'ਤੇ ਕੁੱਲੀ ਮਿਲਦੇ ਨੇ, ਉਡੀਕ ਕਰ ਰਹੇ ਹੁੰਦੇ ਨੇ ਕਿਸੇ ਦਾ ਭਾਰ ਚੁੱਕਣ ਨੂੰ ਮਿਲ ਜਾਏ, ਕੁੱਲੀ ਹੈ, ਉਡੀਕ ਕਰਦਾ ਹੈ। ਕੋਈ ਪੈਸੰਜਰ ਐਸਾ ਉਤਰੇ ਜਿਹਦੇ ਕੋਲ ਬਹੁਤਾ ਭਾਰ ਹੋਵੇ, ਭਾਰ ਚੁੱਕਣ ਨੂੰ ਮਿਲ ਜਾਏ, ਅਤੇ ਜਿਹੜਾ ਭਾਰ ਉਸਨੇ ਚੁੱਕਿਆ ਹੈ ਉਹਦੇ ਵਿੱਚ ਕੀ ਹੈ ਇਹ ਉਸਨੂੰ ਪਤਾ ਨਹੀਂ, ਨਾ ਉਹ ਜਾਣਨਾ ਚਾਹੁੰਦਾ। ਉਹਨੂੰ ਕੀ, ਉਹਨੂੰ ਤਾਂ ਮਜ਼ਦੂਰੀ ਚਾਹੀਦੀ ਹੈ, ਉਹਨੂੰ ਕੀ ਭਾਰ ਵਿੱਚ ਕੀ ਹੈ। ਹੁਣ ਜੇ ਕੋਈ ਕਿਸੇ ਨੇ ਐਸੀ ਪੇਟੀ, ਐਸਾ ਸੰਦੂਕ, ਐਸਾ ਅਟੈਚੀ ਚੁੱਕਿਆ ਹੋਇਆ ਹੈ ਜਿਹਦੇ ਵਿੱਚ ਲੱਖਾਂ ਦੇ ਗਹਿਣੇ ਨੇ, ਜੂਲਰੀ ਹੈ, ਉਹਨੂੰ ਤਾਂ ਪਤਾ ਹੀ ਨਹੀਂ। ਪਰ ਜਿਹਨੂੰ ਪਤਾ
ਵੀ ਇਹਦੇ ਵਿੱਚ ਆਹ ਜੂਲਰੀ ਹੈ। ਜੇ ਕਦੀ ਉਹ ਸਮਝ ਲੈ ਵੀ ਖੋਰੇ ਇਹ ਭਾਰ ਚੁੱਕ ਕੇ ਲਿਜਾਣ ਵਾਲਾ ਬੜਾ ਅਮੀਰ ਆਦਮੀ ਹੈ, ਇੰਨੀ ਕੀਮਤੀ ਜੂਲਰੀ ਉਠਾ ਕੇ ਲਈ ਜਾਂਦਾ ਹੈ, ਉਹ ਅਮੀਰ ਨੇ, ਉਹ ਤਾਂ ਵਿਚਾਰਾ ਵਿਗਾਰੀ ਹੈ, ਆਪਣੀ ਮਜ਼ਦੂਰੀ ਲਈ ਚੁੱਕੀ ਜਾਂਦਾ ਹੈ। ਸਾਧੂ ਨੇ ਪਾਣੀ ਵੀ ਚੱਖਿਆ, ਕਹਿੰਦੇ ਨੇ ਜਿਹੜੀ ਵਸਤੂ ਹੈ ਉਹ ਜਦੋਂ ਟਿਕਾਣੇ ਪੁੱਜੇਗਾ ਉੱਥੇ ਉਹਨੂੰ ਲਾ ਦੇਵੇਗਾ, ਇਹ ਉਹਦੇ ਘਰ ਦੀ। ਮੈਨੂੰ ਕੀ ਮਿਲਿਆ ਉਹ 2 ਰੁਪਏ 10 ਰੁਪਏ ਮਜ਼ਦੂਰੀ। ਕਹਿੰਦੇ ਨੇ ਭਲਿਆ ਜੇ ਕਦੇ ਤੂੰ ਸੋਚੇ ਵੀ ਉਹ 10 ਰੁਪਏ ਦੇ ਲੋਭ ਪਿੱਛੇ ਲੱਖਾਂ ਦੀ ਜੂਲਰੀ ਚੁੱਕ ਕੇ ਤੁਰਿਆ ਜਾਂਦਾ ਹੈ, ਉਹ ਕੋਈ ਅਮੀਰ ਹੋ ਗਿਆ? ਨਹੀਂ, ਖੇਤ ਖਸਮ ਕਾ ਰਾਖਾ ਉੱਠ ਜਾਏ, ਜ਼ਿਮੀਂਦਾਰ ਨੇ ਵੀ ਰਖਵਾਲੀ ਕਰਨ ਵਾਸਤੇ ਰੱਖੇ ਹੁੰਦੇ ਨੇ ਕੁਛ ਬੰਦੇ, ਉਹ ਸਾਰੀ ਰਾਤ ਜਾਗਦੇ ਨੇ, ਖੇਤ ਦੀ ਫਸਲ ਦੀ ਰਾਖੀ ਕਰਦੇ ਨੇ, ਪਰ ਮਤ ਸਮਝਿਓ ਉਹ ਖੇਤ ਉਹਨਾਂ ਦਾ ਹੋ ਜਾਂਦਾ ਹੈ। ਖੇਤ ਖਸਮ ਕਾ ਰਾਖਾ ਉੱਠ ਜਾਏ, ਉਹ ਤਾਂ ਮਜ਼ਦੂਰ ਹੈ। ਕਹਿਣ ਲੱਗੇ ਆਹ ਇੱਕ ਬੁਝਾਰਤ ਹੈ ਜਿਹੜੀ ਜੀਵਨ ਦੀ ਬੁੱਝਣ ਵਾਲੀ ਸੀ, ਪਰ ਮਾਇਆ ਦੇ ਭੁਲੇਖੇ ਨਾਲ ਇਹ ਇਸ ਬੁਝਾਰਤ ਨੂੰ ਨਹੀਂ ਬੁੱਝ ਸਕਿਆ। ਲਓ ਇੱਥੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਅੱਜ ਵਾਲਾ ਸ਼ਬਦ ਸ਼ੁਰੂ ਹੁੰਦਾ। ਵੈਸੇ ਤਾਂ ਮਾਇਆ ਦੇ ਸੰਬੰਧ ਵਿੱਚ ਇਹ ਸਬਜੈਕਟ ਬੜੀ ਦਿਨ ਤੋਂ ਬਦਲਵੇਂ ਰੂਪ ਵਿੱਚ ਚੱਲ ਰਿਹਾ ਹੈ, ਪਰ ਅੱਜ ਦੇ ਸਬਜੈਕਟ ਵਿੱਚ ਵੀ ਪਹਿਲੇ ਲਫ਼ਜ਼ ਨੇ ਭੁੱਲਿਆ ਮਨ ਮਾਇਆ ਉਰਦਾ ਮਾਇਆ ਨੇ ਐਸਾ ਉਲਝਣ ਵਿੱਚ ਪਾਇਆ, ਐਸਾ ਉਲਝਣ ਵਿੱਚ ਪਾਇਆ ਕਿ ਮਨ ਇਹ ਫੈਸਲਾ ਹੀ ਨਹੀਂ ਕਰ ਸਕਿਆ ਕਿ ਕਿੰਨਾ ਦਾ ਭਾਰ ਚੁੱਕ ਕੇ ਤੁਰਿਆ ਜਾਣਾ। ਰੇਮਨ ਤੇਰੇ ਕੋਲ ਨਹੀਂ ਖਿੱਚ ਲਏ ਜਨ ਬਾਹਰ, ਕਿੰਨਾ ਦਾ ਭਾਰ ਚੁੱਕ ਕੇ ਤੁਰਿਆ ਜਾਣਾ, ਮੈਂ ਤਾਂ ਇੱਕ ਮਜ਼ਦੂਰ ਹਾਂ। ਦੁਨੀਆ ਦਾ ਹਰ ਮਨੁੱਖ ਇੱਕ ਮਜ਼ਦੂਰੀ ਕਰ ਰਿਹਾ ਹੈ। ਜੇ ਕਦੀ ਆਹ ਭੁਲੇਖਾ ਦੂਰ ਹੋ ਜਾਂਦਾ ਤੇ ਪਤਾ ਲੱਗ ਜਾਂਦਾ ਦੁਨੀਆ ਦੇ ਹਰ ਮਨੁੱਖ ਨੂੰ ਮੈਂ ਤਾਂ ਇੱਕ ਮਜ਼ਦੂਰ ਹਾਂ, ਪਰ ਨਹੀਂ, ਇੰਨਾ ਭੁਲੇਖਾ ਹੀ ਨਹੀਂ ਸਾਰੇ ਜੀਵਨ ਵਿੱਚ ਦੂਰ ਹੋ ਸਕਿਆ ਕਿ ਮੈਂ ਮਜ਼ਦੂਰ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਆਖਦੇ ਨੇ
ਹੁਣ ਲੋ ਮਨ ਮਾਇਆ ਉਰ ਜਾਇਓ ਜੋ ਜੋ ਕਰਮ ਕੀਓ ਲਾਲ ਚਿਲਕ ਜਿਹੜਾ ਕੰਮ ਵੀ ਤੂੰ ਕਿਸੇ ਮਜ਼ਦੂਰੀ ਲਈ ਲਾਲਚ ਲਈ ਲੋਭ ਲਈ ਕਰਨਾ ਹੈ ਬਸ ਉੱਥੇ ਤੂੰ ਗੁਲਾਮ ਹੈ ਤੈ ਤੈ ਆਪ ਬੰਧਾਇਓ ਬੰਧਾਇਓ ਦਾ ਮਤਲਬ ਹੈ ਗੁਲਾਮੀ ਬੰਧਨ ਵਿੱਚ ਇਹ ਜਿੰਨੀ ਸੰਸਾਰ ਦੀ ਗੁਲਾਮੀ ਚੱਲ ਰਹੀ ਹੈ ਉਹ ਕਿਸੇ ਲਾਲਚ ਬਸ ਜੋ ਜੋ ਕਰਮ ਕੀ ਹੋ ਲਾਲਚ ਇਹਦੇ ਉੱਤੇ ਸਤਿਗੁਰੂ ਨੇ ਬਾਣੀ ਅੰਦਰ ਬੜੇ ਐਗਜ਼ਾਮਪਲ ਬੜੇ ਉਦਾਹਰਣ ਦਿੱਤੇ ਨੇ ਸਤਿਗੁਰੂ ਕਹਿੰਦੇ ਨੇ ਜੈਸੇ ਮੀਨ ਪਾਣੀ ਮੇ ਰਹੇ ਕਾਲ ਜਾਲ ਕੀ ਸੁਧ ਨ ਲਹੇ ਜੇਵਾ ਸਵਾਦੀ ਜੇਵਾ ਸਵਾਦੀ ਲੀਲਤ ਲੋ ਚੀਵਰ ਲੋਹੇ ਦੀ ਟੁੰਡੀ ਉੱਤੇ ਥੋੜ੍ਹਾ ਜਿਹਾ ਮਾਸ ਲਾ ਦਿੰਦਾ ਹੈ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਹਿੰਦਾ ਚੀਵਰ ਕੁੰਡੀ ਮਾਸ ਲਾਏ ਜਿਉ ਮੱਛੀ ਫਾਹੇ ਕੁੰਡੀ ਲੋਹੇ ਦੀ ਪਰ ਥੋੜ੍ਹਾ ਜਿਹਾ ਮਾਸ ਦਾ ਟੁਕੜਾ ਲਾ ਦਿੰਦਾ ਹੁਣ ਕਿਹੜੀ ਅਜੀਬ ਗੱਲ ਹੈ ਮਾਇਆ ਦੇ ਭੁਲੇਖੇ ਭਰਮ ਵਿੱਚ ਮਛਲੀ ਇਹ ਨਹੀਂ ਪਛਾਣ ਸਕਦੀ ਵੀ ਇਹ ਮਾਸ ਦਾ ਟੁਕੜਾ ਤਾਂ ਇੱਕ ਲਾਲਚ ਹੈ ਜੇ ਇਹ ਨਾ ਲਾਉਂਦਾ ਹੋ ਸਕਦਾ ਮੈਂ ਕੁੰਡੀ ਨੂੰ ਪਛਾਣ ਲੈਂਦੀ ਅਤੇ ਨਾ ਫਸਦੀ ਪਰ ਉਸ ਛੋਟੇ ਜਿਹੇ ਮਾਸ ਦੇ ਟੁਕੜੇ ਨੇ ਇੱਕ ਲੋਭ ਪੈਦਾ ਕਰ ਦਿੱਤਾ ਲਾਲਚ ਪੈਦਾ ਕਰ ਦਿੱਤਾ ਕਿ ਮੈਨੂੰ ਬੜੀ ਸੁਆਦਲਾ ਭੋਜਨ ਮਿਲ ਰਿਹਾ ਹੈ ਜੇਵਾ ਸੁਆਦੀ ਲੀਲਤ ਲੋਹ ਫਸ ਜਾਂਦੀ ਇੱਕ ਐਗਜ਼ਾਮਪਲ ਨਹੀਂ ਦਿੱਤੀ ਗੁਰੂ ਨੇ ਕਈ ਐਗਜ਼ਾਮਪਲ ਦਿੱਤੀ ਆਪਾਂ ਕਈ ਵਾਰ ਪੜ੍ਹਨੇ ਹਾਂ ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾ ਲਾਲਚ ਬਲਕਿ ਮੈਂ ਤੇ ਹੈਰਾਨ ਹੁੰਦਾ ਪਿਛਲੇ ਦਿਨਾਂ ਵਿੱਚ ਇੱਕ ਚੀਜ਼ ਆ ਚੁੱਕੀ ਹੈ ਮਾਇਆ ਦਾ ਕਰਤੱਵ ਅਤੇ ਉੱਥੇ ਲਫਜ਼ ਨੇ ਪੰਚਭੂਤ ਜਣੇ ਕਮਾਏ ਉਤ ਬਹੁਜ ਖੇਲ ਕਰ ਜਗਤ ਪੇ ਆਏ ਉਹਨੇ ਪੰਜ ਪੁੱਤਰ ਜਨਮੇ ਨੇ ਸਾਰੇ ਸੰਸਾਰ 'ਤੇ ਉਹਨਾਂ ਦਾ ਰਾਜ ਕਾਇਮ ਕਰ ਦਿੱਤਾ ਹੈ ਪੰਜ ਪੁੱਤਰ ਔਰ ਹਰ ਇੱਕ ਦਾ ਰੂਪ ਵੱਖਰਾ ਹੈ ਹਰ ਇੱਕ ਦਾ ਸੁਭਾਅ ਵੱਖਰਾ ਹੈ ਜੇ ਨਾ ਹੋਵੇ ਤਾਂ ਕਿਸੇ ਦੇ ਵੀ ਮਾਂ ਦੇ ਪੰਜ ਪੁੱਤਰ ਹੋਣ ਉਹਨਾਂ ਨੂੰ ਪਛਾਣਨਾ ਹੀ ਔਖਾ ਹੋ ਜਾਏ
ਮਾਂ ਨੂੰ ਵੀ ਪਛਾਣਨਾ ਔਖਾ ਜੀ, ਭਲਾ ਸਾਰਿਆਂ ਦੀ ਸ਼ਕਲ ਵੀ ਇੱਕੋ ਜਿਹੀ ਹੋਵੇ, ਬੋਲੀ ਵੀ ਇੱਕੋ ਜਿਹੀ ਹੋਵੇ, ਗੱਲਬਾਤ ਸੁਭਾਅ ਵੀ ਇੱਕੋ ਜਿਹਾ ਹੋਵੇ, ਮਾਂ ਨੂੰ ਵੀ ਭੁਲੇਖਾ ਪੈਣ ਲੱਗ ਪਵੇ। ਇਸ ਲਈ ਉਹਨਾਂ ਪੰਜਾਂ ਦਾ ਸੁਭਾਅ ਵੱਖਰਾ ਵੱਖਰਾ ਹੈ। ਇਹ ਖਿਆਲ ਕਰਿਓ, ਮੈਂ ਹੈਰਾਨ ਹੁੰਦਾ ਗੁਰਬਾਣੀ ਵਿੱਚ ਇਸ ਮਾਇਆ ਰੂਪੀ ਮਾਂ ਨੇ ਵੀ ਜਿਹੜੇ ਪੰਜ ਪੁੱਤਰ ਜਨਮੇ ਨੇ ਉਹਨਾਂ ਦਾ ਵੀ ਸੁਭਾਅ ਵੱਖਰਾ ਵੱਖਰਾ ਹੈ, ਸ਼ਕਲਾਂ ਨਹੀਂ ਮਿਲਦੀਆਂ, ਇਹ ਸਮਝਾਉਣੀਆਂ ਪਈਆਂ। ਗੁਰੂ ਅਰਜਨ ਸਾਹਿਬ ਨੇ ਇਹ ਕੰਮ ਬੜਾ ਖੂਬਸੂਰਤ ਕੀਤਾ। ਸਲੋਕ ਸੰਸਕ੍ਰਿਤੀ ਵਿੱਚ ਉਹਨਾਂ ਆਖਿਆ, ਮੈਂ ਸਮਝਾ ਦੇਣਾ ਚਾਹੁੰਦਾ ਕੰਮ ਕੀ ਹੈ। ਇਹ ਕੰਮ ਨਰਕ ਬਿਸਰਾਮੰਗ ਬਹੁ ਜੋਨੀ ਬ੍ਰਹਮਾ ਮਨੈ ਚਿਤ ਹਰਨੰਗ ਤੈ ਲੋਕ ਗਮੀਅਨ ਜਪ ਤਪਸੀਲ ਬਿਦਾਰ ਨੇ। ਫਿਰ ਕਹਿੰਦੇ ਨੇ, ਮੈਂ ਕ੍ਰੋਧ ਦੀ ਸ਼ਕਲ ਵੱਖਰੀ ਦੱਸ ਦੇਣਾ ਚਾਹੁੰਦਾ। ਇਹ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਹ ਪਰਦ ਤੇਰੇ ਵਿੱਚ ਦਇਆ ਬਿਲਕੁਲ ਨਹੀਂ, ਤੇਰਾ ਸੁਭਾਅ ਹੀ ਵੱਖਰਾ ਹੈ। ਤੂੰ ਕ੍ਰੋਧੀ ਜਦੋਂ ਤੂੰ ਅੱਖਾਂ ਤੇਰੀਆਂ ਲਾਲ ਹੋ ਜਾਂਦੀਆਂ ਨੇ, ਚਿਹਰਾ ਲਾਲ ਹੋ ਜਾਂਦਾ ਹੈ, ਵੱਖਰਾ ਪਛਾਣਿਆ ਹੁਣੇ ਕ੍ਰੋਧ ਵਿੱਚ ਹੈ, ਹੁਣ ਗੁੱਸੇ ਵਿੱਚ ਹੈ। ਕਹਿਣ ਲੱਗੇ, ਮੈਂ ਸਾਰਿਆਂ ਦੇ ਵੱਖਰੇ ਵੱਖਰੇ ਰੂਪ ਦੱਸਣਾ ਚਾਹੁੰਦਾ। ਹੇ ਲੋਭਾ ਲੰਪਟ ਸੰਗ ਸਿਰਵਾ, ਔਰ ਸਾਰੀਆਂ ਗੱਲਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤੀਆਂ। ਕਹਿਣ ਲੱਗੇ, ਹੇ ਲੋਭਾ ਲੰਪਟ ਸੰਗ ਸਿਰ ਮਾਰਿਆ ਨਿਕਲਿਆ ਰੀਂਕ ਲੋਲ ਤੇ, ਨੱਚ ਮਿੱਤਰੰ ਨੱਚ ਇਸ਼ਟੰ ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ। ਤੇਰਾ ਸੁਭਾਅ ਵੀ ਮੈਂ ਦੱਸ ਦੇਣਾ ਚਾਹੁੰਦਾ ਲੋਕਾਂ ਨੂੰ, ਸਭ ਦੇ ਵੱਖ ਵੱਖ ਰੂਪ ਨੇ। ਲੋਭ ਦਾ ਇੱਕ ਰੂਪ ਹੈ, ਮਤ ਸਮਝ ਲਈ ਇਹ ਮੇਰਾ ਭਰਾ ਹੈ, ਨਹੀਂ ਉਹਦੇ ਪਿੱਛੇ ਵੀ ਲਾਲਚ ਖੜਾ ਹੈ। ਜਦੋਂ ਲੋਭ ਦਾ ਲਾਲਚ ਦਾ ਵੇਲਾ ਆ ਗਿਆ ਨਾ, ਉਦੋਂ ਭਰਾ ਭਰਾ ਨਹੀਂ ਰਹਿਣਾ, ਸ਼ਰੀਕ ਬਣ ਜਾਣਾ ਹੈ। ਉਸੇ ਭਰਾ ਨੂੰ ਫਿਰ ਲੋਕ ਸ਼ਰੀਕ ਆਖਦੇ ਨੇ। ਹੇ ਲੋਭਾ ਲੰਪਟ ਸੰਗ ਸਿਰ ਮਾਰੇ ਅਣਕਲਾਂ ਦੀ ਗਲੋਲਤ ਕਲੋਲਤੇ ਧਵੰਤ ਜੀਆ ਬਹੁ ਪ੍ਰਕਾਰ ਅਣਤ ਭਾਂਤ ਬਹੁ ਡੋਲਤੇ, ਨੱਚ ਮਿੱਤਰੰ ਕੋਈ ਮਿੱਤਰ ਮਿੱਤਰ ਨਹੀਂ ਜੇ ਰਹਿੰਦਾ। ਜਦੋਂ ਲੋਭ ਆ ਜਾਇਆ, ਆਪਾਂ ਰੋਜ਼ਾਨਾ ਜੀਵਨ ਵਿੱਚ ਦੇਖਦੇ ਹਾਂ ਕੋਈ ਕਿਸੇ ਦਾ ਨਹੀਂ, ਪਲਾਂ ਵਿੱਚ ਪਾਸੇ ਪਲਟ ਜਾਂਦੇ ਆ। ਪਿਛਲੇ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਹਿੰਦੁਸਤਾਨ ਦੀ ਧਰਤੀ 'ਤੇ ਸਾਰਾ ਨਜ਼ਾਰਾ ਵੇਖਿਆ, ਇੱਕ ਕੁਰਸੀ ਦਾ ਲਾਲਚ, ਇੱਕ ਮਿਨਿਸਟਰੀ ਦਾ ਲਾਲਚ, ਕੀ ਕੀ ਤਮਾਸ਼ੇ ਕਰਦਾ ਹੈ, ਇਹ ਸਾਰਾ ਕੁਝ ਤੁਸੀਂ ਦੇਖਿਆ। ਅਨੇਕਾਂ ਪਲਾਂ ਵਿੱਚ ਕਿੱਧਰ ਦੇ ਕਿੱਧਰ ਚਲੇ ਗਏ, ਮੈਨੂੰ ਕਹਿਣੋਂ ਨਹੀਂ ਰੁਕਦਾ। ਮੇਰਾ ਬੜਾ ਨਜ਼ਦੀਕੀ ਮਿੱਤਰ ਪਰਮਜੀਤ ਸਿੰਘ ਸਰਨਾ ਸਾਹਿਬ ਇੱਕ ਵਾਰੀ ਪਿਛਲੀ ਵਾਰ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਹਾਰੇ ਅਤੇ ਇੱਕ ਲਫਜ਼ ਉਹਨਾਂ ਨੇ ਵਰਤੇ, ਕਹਿਣ ਲੱਗੇ, ਉਹ ਲਫਜ਼ ਮੈਂ ਅੱਜ ਫਿਰ ਦੁਹਰਾ ਦਿਆ। ਕਹਿਣ ਲੱਗੇ, ਸਿੰਘ ਸਾਹਿਬ ਜਿੰਨੀ ਵੱਡੀ ਕੁਰਸੀ ਓਨੀ ਵੱਡੀ ਕਮਜ਼ੋਰੀ, ਅਤੇ ਉਹਨਾਂ ਦੇ ਲਫਜ਼ ਨੇ ਸੁਣਦੇ ਹੁਣ ਬੜੀ ਖੁਸ਼ੀ ਦੀ ਗੱਲ ਹੈ। ਕਹਿਣ ਲੱਗੇ, ਜਿੰਨੀ ਵੱਡੀ ਕੁਰਸੀ ਓਨੀ ਵੱਡੀ ਕਮਜ਼ੋਰੀ,
ਉਹ ਗੱਲ ਉਹਨਾਂ ਨੇ ਸਾਬਤ ਕਰਕੇ ਦਿਖਾ ਦਿੱਤੀ ਆ ਪਿਛਲੇ ਦਿਨਾਂ 'ਚ ਵੀ ਕੁਰਸੀ ਪਿੱਛੇ ਕਮਜ਼ੋਰੀ ਕੀ ਹੁੰਦੀ ਹੈ। ਤਾਂ ਮੈਂ ਮਹਿਸੂਸ ਕਰਦਾ ਕਿ ਜੇ ਇੱਕ ਚੀਜ਼ 2-4-10 ਰੁਪਏ ਦੇ ਲਾਲਚ ਪਿੱਛੇ ਸਾਰਾ ਦਿਨ ਮਨੁੱਖ ਗੁਲਾਮ ਹੋ ਸਕਦਾ, ਨੌਕਰੀ ਕੀ ਹੈ ਗੁਲਾਮੀ? ਮਜ਼ਦੂਰ ਸਾਰਾ ਦਿਨ ਮਜ਼ਦੂਰੀ ਕਰਦਾ ਗੁਲਾਮੀ, ਅਤੇ ਸ਼ਾਮ ਨੂੰ ਮਿਲਦੇ ਨੇ 10-20 ਰੁਪਏ। ਜੇ 10-20 ਰੁਪਏ 50 ਰੁਪਏ ਪਿੱਛੇ ਸਾਰਾ ਦਿਨ ਗੁਲਾਮ ਹੋ ਸਕਦਾ ਤਾਂ ਸੋਚਿਓ ਮਨੁੱਖ ਦੀ ਕੀ ਕੀਮਤ ਰਹਿ ਗਈ। ਪਿਛਲੇ ਦਿਨ ਕਈ ਗੱਲਾਂ ਬੜੀਆਂ ਸੋਹਣੀਆਂ ਵੀ ਕਈ ਲੋਕ ਦੱਸਦੇ ਨੇ, ਕਹਿਣ ਲੱਗੇ ਜੀ ਅੱਜ ਕਿਸੇ ਬਾਜ਼ਾਰ ਵਿੱਚੋਂ ਪੈਟ ਖਰੀਦਣਾ ਹੋਵੇ ਨਾ ਉਹ ਵੀ 1000 ਰੁਪਿਆਂ ਦਾ, ਮੱਝ ਗਊ ਖਰੀਦਣੀ ਹੋਵੇ ਉਹ ਲੱਖਾਂ 'ਤੇ ਪਹੁੰਚ ਗਈ, ਪਰ ਜੇ ਬੰਦਾ ਖਰੀਦਣਾ ਹੋਵੇ ਉਹਦੀ ਵੋਟ ਖਰੀਦਣੀ ਹੋਵੇ 10-20-50-500 ਤੋਂ ਜ਼ਿਆਦਾ ਨਹੀਂ, ਬੰਦੇ ਦੀ ਕੀਮਤ ਬਹੁਤ ਘੱਟ ਗਈ ਹੈ। ਕਿਉਂ ਘੱਟ ਗਈ ਹੈ? ਕਿਉਂਕਿ ਮਨੁੱਖ ਲੋਭ ਵੱਸ ਮਜ਼ਦੂਰ ਹੋ ਗਿਆ ਹੈ, ਅਤੇ ਜਿਉਂ ਜਿਉਂ ਮਜ਼ਦੂਰ ਹੋਵੇਗਾ ਮਜ਼ਦੂਰ ਬਿਰਤੀ ਬਣੇਗੀ। ਹੁਣ ਇਹ ਲਫ਼ਜ਼ ਆਏ ਸਨ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਲੋਭ ਦੀ ਗੱਲ ਕੀਤੀ ਉਹਦੇ ਲਫ਼ਜ਼ ਕਹਿ ਦਿੱਤੇ, ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਨਕੁਐਰੀ ਕਡੋਲਤੇ, ਧਾਵੰਤ ਜੀ ਆ ਬਹੁ ਪ੍ਰਕਾਰ ਅਨਪਹੰਤ ਬਹੁ ਡੋਲਤੇ, ਨੱਚ ਮਿੱਤਰੰਗ ਨੱਚ ਇਸ਼ਟੰਗ, ਨਾ ਤੋਂ ਸਮਝਿਓ ਕਿ ਇਹ ਕੋਈ ਮੇਰਾ ਮਿੱਤਰ ਹੈ, ਮਤ ਸਮਝਿਓ ਕਿ ਇਹਦਾ ਕੋਈ ਗੁਰੂ ਹੈ, ਮਿੰਟਾਂ ਵਿੱਚ ਗੁਰੂ ਨੂੰ ਵੀ ਪਿੱਠ ਦੇ ਜਾਏਗਾ। ਨੱਚ ਮਿੱਤਰੰਗ ਨੱਚ ਇਸ਼ਟੰਗ, ਨੱਚ ਬੰਧ ਮਤ ਸਮਝਿਓ ਕਿ ਮੇਰਾ ਕੋਈ ਸੰਬੰਧੀ ਹੈ ਮੇਰੇ ਨਾਲ ਨਿਭੇਗਾ। ਕਹਿਣ ਲੱਗੇ ਨੱਚ ਮਾਤ ਪਿਤਾ ਤਵ ਲੱਜਿਆ, ਹੇ ਲੋਭ ਤੈਨੂੰ ਤਾਂ ਮਾਂ ਬਾਪ ਦੀ ਵੀ ਲੱਜਿਆ ਸ਼ਰਮ ਨਹੀਂ ਰਹਿੰਦੀ। ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਇਹ ਦੇਖ ਰਿਹਾ ਹਾਂ, ਗੁਰੂ ਅਰਜਨ ਪਾਤਸ਼ਾਹ ਸਦੀਆਂ ਪਹਿਲਾਂ ਕਹਿ ਗਏ ਨੇ, ਅਤੇ ਕਿਉਂ ਕਹਿ ਗਏ ਨੇ? ਕਿਉਂਕਿ ਲੋਭ ਦੀ ਸ਼ਕਲ ਦੱਸਣਾ ਚਾਹੁੰਦੇ ਨੇ। ਪੰਚਭੂਤ ਜਨੇ ਕਮਾਏ, ਜਿਹੜੇ ਉਹ ਨੇ ਪੰਜ ਪੁੱਤਰ ਜਨਮੇ ਨੇ ਨਾ, ਉਹਨਾਂ ਦੀਆਂ ਸ਼ਕਲਾਂ ਵੱਖਰੀਆਂ ਨੇ, ਉਹਨਾਂ ਦੇ ਸੁਭਾਅ ਵੱਖਰੇ ਨੇ, ਉਹਨਾਂ ਦੀ ਆਦਤਾਂ ਵੱਖਰੀਆਂ ਨੇ। ਅੱਜ ਗੱਲ ਚਲਾ ਰਹੇ ਨੇ ਲੋਭ ਦੀ, ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅੱਜ ਆਪਣੀ ਰਚਨਾ ਤੋਂ ਬਾਕਾਇਦਾ ਮਾਂ ਦਾ ਜ਼ਿਕਰ ਕਰਦਿਆਂ ਹੋਇਆਂ ਆਖ ਰਹੇ ਨੇ, ਭੁੱਲਿਓ ਮਨ ਮਾਇਆ ਉਲਿਆਓ, ਜੋ ਜੋ ਕਰਮ ਕੀਓ ਲਾਲਚ ਲੱਗ, ਮਰਕਟ ਮੁਸਤੀ ਅਨਾਜ ਕੀ ਮਨ ਬੋਰਾਰ, ਲੀਨੀ ਹਾਥ ਪਸਾਰ,
ਛੁੱਟਣ ਤੋਂ ਸੈਸਾ ਪਰਿਆ। ਸਭ ਤੋਂ ਚੰਚਲ ਸੀ ਬਾਂਦਰ ਨੂੰ ਸਭ ਤੋਂ ਚੰਚਲ ਜਾਨਵਰ ਮੰਨਿਆ ਜਾਂਦਾ, ਪਰ ਉਹਦੀ ਸਾਰੀ ਚੰਚਲਤਾ ਗੁਲਾਮੀ ਵਿੱਚ ਬਦਲ ਗਈ। ਹੁਣ ਕਲੰਦਰ ਨੇ ਉਹਦੇ ਗਲ ਵਿੱਚ ਪਟਾ ਪਾ ਲਿਆ, ਦਰਵਾਜ਼ੇ ਦਰਵਾਜ਼ੇ ਉਹਨੂੰ ਆਪਣੀ ਮਰਜ਼ੀ ਦੇ ਨਾਚ ਨਚਾਉਂਦਾ ਫਿਰ ਰਿਹਾ। ਕਿਉਂ? ਕਿਉਂਕਿ ਇੱਕ ਮੁੱਠੀ ਅਨਾਜ ਦੀ ਨਹੀਂ ਛੱਡ ਸਕਿਆ। ਮੈਂ ਚਾਹੁੰਦਾ ਅਸੀਂ ਕੱਲ੍ਹ ਸਵੇਰ ਦੇ ਦੀਵਾਨ ਵਿੱਚ ਇਹ ਵੀ ਦੇਖੀਏ ਉਹ ਮੁੱਠੀ ਅਨਾਜ ਦੀ ਕੀ ਹੈ, ਉਹਨੂੰ ਛੱਡਣਾ ਕੀ ਹੈ, ਗੁਲਾਮੀ ਤੋਂ ਬਚਣਾ ਕੀ ਹੈ। ਮਨੁੱਖ ਇਸ ਗੁਲਾਮੀ ਤੋਂ ਜਿਹਦੇ ਵਿੱਚ ਸਾਰਾ ਜੀਵਨ ਗੁਲਾਮ ਕਰ ਲੈਂਦਾ ਹੈ, ਜੋ ਜੋ ਕਰਮ ਕੀ ਉਹ ਲਾਲਚ ਲੱਗ ਗਿਆ। ਬੜੀ ਐਗਜ਼ਾਂਪਲ ਦਿੱਤੀ ਨੇ, ਕਹਿਣ ਲੱਗੀ ਮਰਕਟ ਮੁਸਤੀ ਅਨਾਜ ਕੀ ਮਨ ਬੋਰਾ ਲੀਨੀ ਹੱਥ ਪਸਾਰ। ਛੁੱਟਣ ਕੋ ਸੈਸਾ ਪਰਿਆ ਮਨ ਬੋਰਾ ਨੱਚਿਓ ਘਰ ਘਰ ਬਾਰ। ਦਰਵਾਜ਼ੇ ਦਰਵਾਜ਼ੇ ਅੱਗੇ ਨੱਚਦਾ ਫਿਰਦਾ ਹੈ, ਨੱਚਿਓ ਘਰ ਘਰ ਬਾਰ ਜਿਉਂ ਨਲਨੀ ਸੂਟਾ ਗਇਓ। ਅਗਲੀ ਐਗਜ਼ਾਂਪਲ, ਸੂਟਾ ਕਹਿੰਦੇ ਨੇ ਤੋਤੇ ਨੂੰ, ਤੋਤਿਆਂ ਨੂੰ ਪੰਛੀਆਂ ਨੂੰ ਫੜਨ ਵਾਲੇ ਨੇ। ਇੱਕ ਤਾਰ ਵਿੱਚ ਵੱਡੇ ਸੁਰਾਖ ਵਾਲੀ ਨਲਕੀ ਪਰੋ ਦਿੱਤੀ, ਉਹਦੇ ਸਾਹਮਣੇ ਖਾਣ ਵਾਲੀ ਕੋਈ ਛੋਟੀ ਜਿਹੀ ਵਸਤੂ ਟੰਗ ਦਿੱਤੀ। ਹੁਣ ਉਸ ਨਲਕੀ 'ਤੇ ਬੈਠ ਕੇ ਹੀ ਤੋਤਾ ਖਾ ਸਕਦਾ, ਇਸ ਲਈ ਬੈਠਣ ਦਾ ਟਿਕਾਣਾ ਉਹਨੇ ਉਹੋ ਹੀ ਸਮਝਿਆ। ਬਹਿਣ ਦੀ ਦੇਰ ਸੀ, ਨਲਕੀ ਘੁੰਮ ਗਈ, ਪੁੱਠਾ ਲਟਕ ਗਿਆ। ਹੁਣ ਗੱਲ ਤਾਂ ਸਿਰਫ ਇੰਨੀ ਸੀ ਨੇ ਵੀ ਨਲਕੀ ਛੱਡ ਦਿੰਦਾ, ਨਹੀਂ ਛੱਡੀ। ਬਲੂ ਨੇ ਬਾਣੀ ਵਿੱਚ ਆਖਿਆ ਜੇ ਉਹ ਨਲਨੀ ਸੂਟਾ ਗਏ ਉਹ ਮਨ ਬੋਰਾ ਰਹੇ। ਮਾਇਆ ਇਹ ਵਿਵਹਾਰ, ਇਉਂ ਮਨੁੱਖ ਗੁਲਾਮੀ ਦਾ ਜੀਵਨ ਜੀਉ ਰਿਹਾ ਹੈ। ਇਉਂ ਕਦੀ ਗਹਿਰਾਈ ਨਾਲ ਦੇਖੇ ਤੇ ਬਿਲਕੁਲ ਇਹ ਗੱਲ ਵੱਖਰੀ ਹੈ ਕਿ ਬੇਪਛਾਣ ਹੋ ਗਿਆ ਹੈ, ਇਹ ਪਛਾਣ ਨਹੀਂ ਰਹੀ ਇਸ ਨੂੰ ਮੈਂ ਗੁਲਾਮੀ ਕਰ ਰਿਹਾ। ਉਹ ਸਮਝਦਾ ਸਿਰ 'ਤੇ ਚੁੱਕੀ ਹੋਈ ਪੰਡ ਹੀਰਿਆਂ ਦੀ ਹੈ, ਉਹ ਭਰਿਆ ਜਿਸ ਖੇਤ ਦੀ ਰਾਖੀ ਕਰ ਰਿਹਾ ਹੈ, ਨਾ ਇਹ ਖੇਤ ਤੇਰਾ ਹੈ ਨਾ ਜਿਸ ਪੰਡ ਨੂੰ ਉਠਾ ਕੇ ਤੂੰ ਲਿਜਾ ਰਿਹਾ ਹੈ, ਇੱਕ ਵਿਗਾਰੀ ਵਾਂਗੂ ਇੱਕ ਮਜ਼ਦੂਰ ਵਾਂਗੂ, ਨਾ ਇਹ ਪੰਡ ਤੇਰੀ ਹੈ। ਜਿਸ ਦਿਨ ਤੂੰ ਆਪਣੇ ਆਪ ਨੂੰ ਮਜ਼ਦੂਰੀ ਵਿੱਚ ਮਹਿਸੂਸ ਕਰ ਲਏਗਾ, ਅਹਿਸਾਸ ਕਰ ਲਏਗਾ, ਚੇਤਾ ਆ ਜਾਏਗਾ, ਪਛਾਣ ਲਏਗਾ ਕਿ ਮੈਂ ਇੱਕ ਮਜ਼ਦੂਰ ਹਾਂ, ਉਸ ਦਿਨ ਤੇਰੇ ਮਨ ਵਿੱਚ ਇਹ ਭਰਮ ਨਹੀਂ ਰਹੇਗਾ ਕਿ ਮੈਂ ਇਹ ਸਭ ਕੁਛ ਮੇਰਾ ਹੈ। ਗੁਰੂ ਨੇ ਕਿਉਂ ਆਖ ਦਿੱਤਾ ਮੇਰੇ ਮੇਰੋ ਸਭ ਕਹਿਤ ਹੈ, ਹਿੱਤ ਸਿਉਂ ਬਾਂਧਿਓ ਚੀਤ ਹੈ।
ਹੈ। 12 ਬਰਸ ਬਾਲਪਣ ਬੀਤੇ, 20 ਬਰਸ ਕਿਛ ਤਪ ਨਾ ਕੀਓ, 30 ਬਰਸ ਕਿਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਏ। ਸਾਰਾ ਜਨਮ ਬਿਰਥਾ ਚਲਾ ਗਿਆ, ਭਾਰ ਚੁੱਕ ਕੇ ਤੁਰਿਆ ਗਿਆ ਇੱਕ ਮਜ਼ਦੂਰ ਵਾਂਗੂ। ਸਾਰਾ ਜੀਵਨ ਭਰ ਜਿਸ ਖੇਤ ਦੀ ਰਾਖੀ ਕਰਦਾ ਰਹਿਣਾ, ਉਹ ਖੇਤ ਆਪਣਾ ਹੋ ਸਕਿਆ ਨਾ, ਉਹ ਪੰਡ ਆਪਣੀ ਹੋ ਸਕੀ। ਪਲ ਵਿੱਚ ਪੰਡ ਵੀ ਛੱਡਣੀ ਪਈ। ਅਤੇ ਵਿਸ਼ਵਾਸ ਕਰ, ਇੱਕ ਪਲ ਲੱਗਿਆ ਜਿਸ ਦਿਨ ਖੇਤ ਦਾ ਮਾਲਕ ਉਹਨੇ ਆਖਿਆ ਲੈ ਛੱਡ ਦੇ ਖੇਤ, ਹੁਣ ਮੇਰਾ ਤੇਰਾ ਨਹੀਂ। ਸਿਰਫ ਜ਼ਰੂਰਤ ਸੀ ਇਸ ਪਛਾਣ ਦੀ, ਪਰ ਲਾਲਚ ਨੇ ਪਛਾਣ ਨਹੀਂ ਰਹਿਣ ਦਿੱਤੀ। ਇੱਕ ਹੋਰ ਐਗਜ਼ਾਮਪਲ ਬੜੀ ਖੂਬਸੂਰਤ ਦਿੱਤੀ ਉਹਨੇ, ਕਹਿਣ ਲੱਗੇ ਉੱਡੇ ਤਾਂ ਬੇਗਲ ਬੇਗਲੇ। ਅਸੀਂ ਸਮਝਦੇ ਹਾਂ ਵੀ ਬੜੇ ਉੱਦਮੀ ਨੇ, ਜਿਹੜਾ ਜ਼ਿਆਦਾ ਕਮਾ ਲੈਂਦਾ ਹੈ ਬੜਾ ਉੱਦਮੀ ਹੈ, ਜਿਹੜਾ ਪਲਾਂ ਵਿੱਚ ਅਮੀਰ ਹੋ ਗਿਆ ਇਹਨੇ ਬੜਾ ਉੱਦਮ ਕੀਤਾ। ਬੜੀ ਸੋਹਣੀ ਐਗਜ਼ਾਮਪਲ ਦਿੱਤੀ ਹੈ ਸਤਿਗੁਰੂ ਬਾਣੀ ਵਿੱਚ। ਕਹਿਣ ਲੱਗੇ ਜਦੋਂ ਦਿਨ ਚੜਿਆ ਸਾਰੇ ਪੰਛੀ ਆਪਣਾ ਆਪਣਾ ਆਲਣਾ ਛੱਡ ਕੇ ਤੁਰ ਪਏ ਆਪਣੀ ਚੋਗ ਢੂੰਡਣ ਦੇ। ਉਹਨਾਂ ਨੂੰ ਪਤਾ ਸੀ ਚੋਗ ਤਾਂ ਢੂੰਡਣੀ ਪੈਂਦੀ, ਸਾਰੇ ਪੰਛੀ ਤੁਰ ਪਏ ਤੇ ਕੁਝ ਪੰਛੀ ਬੇਗਲੇ ਸਨ। ਬੇਗਲੇ ਦਾ ਮਤਲਬ ਹੁੰਦਾ ਜਲਦੀ ਕਾਲੇ, ਵੀ ਛੇਤੀ ਅਮੀਰ ਹੋ ਜਾਈਏ। ਲਫ਼ਜ਼ ਬੇਗ ਲਫ਼ਜ਼ ਹੈ ਕਾਲ ਦਾ, ਗੁਰਬਾਣੀ ਵਿੱਚ ਹੀ ਆਇਆ ਬੇਗ ਮਿਲੋ ਜਨ ਕਰ ਨਾ ਬਿਲੰਬਾ, ਗੁਰਬਾਣੀ ਦੀ ਤੁੱਕ ਹੈ। ਹੇ ਪ੍ਰਭੂ ਮੈਨੂੰ ਬੇਗ ਮਿਲੋ, ਛੇਤੀ ਮਿਲੋ, ਬਿਲੰਬਾ ਭਾਵ ਦੇਰ ਨਾ ਕਰਿਓ, ਮੈਂ ਹੁਣ ਬਹੁਤ ਹੀ ਦੇਰ ਉਡੀਕ ਨਹੀਂ ਕਰ ਸਕਦਾ, ਮੈਨੂੰ ਛੇਤੀ ਮਿਲੋ, ਬੇਗ ਮਿਲੋ ਜਨ ਕਰ ਨਾ ਬਿਲੰਬਾ, ਦੇਰ ਨਾ ਕਰਿਓ ਮੈਨੂੰ ਛੇਤੀ। ਬੇਗ ਦਾ ਮਤਲਬ ਹੈ ਛੇਤੀ ਤੇ ਬੇਗਲ ਦਾ ਮਤਲਬ ਹੈ ਕਾਲੇ, ਛੇਤੀ ਤੁਰਨ ਵਾਲੇ। ਕਹਿਣ ਲੱਗੇ ਉੱਡਿਆ ਹੈ ਤਾਂ ਬੇਗਲ ਬੇਗਲੇ, ਸਾਰੇ ਪੰਛੀ ਆਪਣੀ ਚੋਗਲੀ ਚੁ ਤੁਰੇ, ਪਰ ਕੁਝ ਪੰਛੀਆਂ ਨੇ ਆਖਿਆ ਅਸੀਂ ਜ਼ਿਆਦਾ ਉੱਦਮੀ ਹਾਂ, ਛੇਤੀ ਕਮਾਈ ਕਰ ਲਵਾਂਗੇ। ਉਹ ਬੇਗਲੇ ਸਨ ਭਾਵ ਕਾਲੇ ਸਨ, ਅਤੇ ਉਹਨਾਂ ਸੋਚਿਆ ਉੱਥੇ ਜਾਈਏ ਜਿੱਥੇ ਬਹੁਤੀ ਚੋਗ ਹੋਵੇ, ਨਹੀਂ ਤਾਂ ਹਰ ਪੰਛੀ ਨੂੰ ਇੱਕ ਇੱਕ ਦਾਣਾ ਚੁਗਣਾ ਪੈਂਦਾ ਹੈ, ਰੋਜ਼ ਦਾ ਕੰਮ ਹੈ। ਪਰ ਉਸ ਬੇਗਲੇ ਕਾਲੇ ਪੰਛੀਆਂ ਨੇ ਆਖਿਆ ਉਸ ਟਿਕਾਣੇ ਪੁੱਜੀਏ ਜਿੱਥੇ ਬਹੁਤੀ ਚੋਗ ਹੋਵੇ, ਢੇਰ ਲੱਗੇ ਹੋਣ ਚੋਗ। ਉੱਡਿਆ ਹੈ ਤਾਂ ਬੇਗਲ ਬੇਗਲੇ ਤਾਕੇ ਚੋਗ ਘਣੀ, ਜਿੱਥੇ ਬਹੁਤੀ ਘਣੀ ਚੋਗ ਹੋਵੇ। ਪਰ ਉਹ ਇਹ ਨਾ ਸਮਝ ਸਕੇ, ਲਾਲਚ ਵਸ ਇਹ ਨਾ ਜਾਣ ਸਕੇ
ਕਿ ਬੇਗਲ ਪੰਛੀ ਤੂੰ ਇਹ ਨਾ ਜਾਣ ਸਕਿਆ ਵੀ ਇਹ ਜਿੱਤੀ ਬਹੁਤੀ ਚੋਗ ਹੈ, ਇਹ ਕਿਸੇ ਨੇ ਪਾਈ ਹੋਈ ਹੈ। ਅਤੇ ਚੋਗ ਹਮੇਸ਼ਾ ਉਹ ਹੀ ਪਾਉਂਦਾ ਜਿਹਨੇ ਪੰਛੀ ਨੂੰ ਫਾਉਣਾ ਹੋਵੇ। ਇਸ ਲਈ ਕਾਹਲੀ ਨਾ ਕਰ। ਗੁਰੂ ਕਹਿੰਦੇ ਨੇ ਉਹ ਤਾਂ ਬੇਗਲ ਬੇਗਲੇ ਤਾਕੇ ਚੋਗ ਘਣੀ, ਵੇਖਣ ਵੀ ਬਹੁਤ ਹੀ ਚੋਗ ਹੈ ਉੱਥੇ ਜਾਈਏ, ਪਰ ਨਤੀਜਾ ਕੀ ਨਿਕਲਦਾ? ਪੰਖ ਟੁੱਟੇ ਫਾਹੀ ਪੜੀ ਔਗਣ ਭੀੜ ਬਣੀ। ਜਿਹਨੇ ਚੋਗ ਦਾ ਢੇਰ ਲਾਇਆ ਸੀ ਨਾ, ਉਹਨੇ ਚਾਰ ਚੁਫੇਰੇ ਫਾਹੀ ਵਾਲ ਨੇ ਬਹੁਤ ਵੱਡਾ ਜਾਲ ਵੀ ਪਸਾਰਿਆ ਹੋਇਆ ਸੀ, ਉਸ ਜਾਲ ਵਿੱਚ ਫਸ ਗਏ। ਉਹਨੇ ਆਖਿਆ ਕਿਤੇ ਮੋੜ ਉੱਡ ਕੇ ਮੇਰੇ ਜਾਲ ਵਿੱਚੋਂ ਨਿਕਲ ਨਾ ਜਾਣ, ਸਭ ਤੋਂ ਪਹਿਲਾਂ ਉਹਨੇ ਆ ਕੇ ਉਹਦੇ ਖੰਭ ਤੋੜੇ, ਉੱਡਣ ਦੀ ਸ਼ਕਤੀ ਖਤਮ ਕਰ ਦਿਓ। ਹਾਲਤ ਲਾਲਚ ਦੀ, ਲੋਭ ਦੀ ਹਾਲਤ ਇਹ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਕਹਿਣ ਲੱਗੇ ਤਾਕੇ ਚੋਗ ਘਣੀ ਪਰ ਪੰਖ ਟੁੱਟੇ ਫਾਹੀ ਪੜੀ ਔਗਣ ਭੀੜ ਬਣੇ। ਅਤੇ ਉਹ ਔਗਣ ਕੀ ਸੀ? ਉਹ ਸੀ ਲੋਭ। ਕਹਿਣ ਲੱਗੇ ਭਰਿਆ ਕਿਰਤ ਕਰ। ਇਸੇ ਲਈ ਗੁਰੂ ਨੇ ਲੋਭ ਨੂੰ ਕਿਰਤ ਵਿੱਚ ਬਦਲਿਆ ਹੈ, ਲੋਭ ਨੂੰ ਕਿਰਤ ਵਿੱਚ ਬਦਲਿਆ। ਮੈਂ ਇੱਕ ਵਾਰ ਕੀਤੀ ਸੀ, ਫਿਰ ਵਿਚਾਰਾਂਗੇ ਕਿਸੇ ਵੇਲੇ, ਵੀ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ, ਇਹਨਾਂ ਦਾ ਰੂਪ ਬਦਲਣਾ, ਕਾਮ ਨੂੰ ਗ੍ਰਸਤ ਬਣਾਉਣਾ ਹੈ, ਗ੍ਰਸਤੀ ਕਰ ਦਿੱਤਾ। ਕ੍ਰੋਧ ਨੂੰ ਵੀਰ ਰਸ ਬਣਾਉਣਾ ਹੈ, ਮੋਹ ਨੂੰ ਪ੍ਰੇਮ ਬਣਾਉਣਾ ਹੈ, ਲੋਭ ਨੂੰ ਕਿਰਤ ਬਣਾਉਣਾ ਹੈ। ਜਿਸ ਦਿਨ ਲੋਭ ਕਿਰਤ ਬਣ ਗਿਆ, ਫਿਰ ਉਸ ਦਿਨ ਉਹ ਗੁਲਾਮੀ ਨਹੀਂ ਰਹੇਗਾ, ਫਿਰ ਉਹ ਕਿਰਤ ਵਿੱਚੋਂ ਆਪਣੇ ਜੀਵਨ ਦਾ ਨਿਰਵਾਹ ਢੂੰਡੇਗਾ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਇਹ ਮਾਇਆ ਦਾ ਕ੍ਰਿਸ਼ਮਾ ਹੈ ਕਿ ਮਨੁੱਖ ਲੋਭ ਵਿੱਚ ਲੋਭ ਨੂੰ ਪਛਾਣ ਨਹੀਂ ਸਕਿਆ। ਅਤੇ ਇਹੋ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖੀ, ਕਹਿਣ ਲੱਗੇ ਜੋ ਜੋ ਕਰਮ ਕੀਆ, ਜੋ ਜੋ ਕਰਮ ਕੀਆ ਲਾਲਚ ਲੱਗ, ਜੋ ਜੋ ਕਰਮ ਕੀਆ ਲਾਲਚ ਲੱਗ, ਤੈ ਤੈ ਆਪ ਬੁਧਾ। ਗੁਲਾਮੀ ਦਾ ਜੀਵਨ ਜੀਉਣਾ ਹੈ, ਤੈ ਤੈ ਆਪ ਬੰਧਾਇਓ। ਭੁੱਲਿਓ ਮਨ, ਭੁੱਲਿਓ ਮਨ ਮਾਇਆ ਉਰਝਾਇਓ, ਭੁੱਲਿਓ ਮਨ ਆਇਆ ਉਰਜਾ।
ਭੁੱਲਣ ਵਿੱਚ ਹੀ ਸਭ ਕੁਝ ਆ ਜਾਂਦਾ ਹੈ ਕਿ ਮਾਲਿਕ ਤੂੰ ਕਿੱਥੇ ਰਹਿੰਦਾ ਹੈ, ਅੰਦਰ ਮੈਂ ਤੈਨੂੰ ਬਾਹਰ ਢੂੰਡ ਰਿਹਾ, ਭੁੱਲ ਗਿਆ। ਕਿਉਂਕਿ ਜਿਹੜਾ ਮਨੁੱਖ ਬੰਧਿਆ ਗਿਆ, ਗੁਲਾਮੀ ਵਿੱਚ ਆ ਗਿਆ, ਉਹਦਾ ਨਾ ਆਪਣਾ ਤੱਕਣੀ ਰਹਿ ਜਾਂਦੀ ਹੈ, ਨਾ ਸੋਚਣੀ ਰਹਿ ਜਾਂਦੀ ਹੈ, ਨਾ ਵਿਚਾਰ ਰਹਿ, ਕੁਛ ਵੀ ਤਾਂ ਆਪਣਾ ਨਹੀਂ ਰਹਿੰਦਾ ਜਿਹੜਾ ਗੁਲਾਮ ਹੋ ਗਿਆ। ਅਤੇ ਜਦੋਂ ਮਨੁੱਖ ਲੋਭ ਵੱਸ ਜੀਵਨ ਗੁਜ਼ਾਰੇਗਾ ਉਹ ਗੁਲਾਮ ਹੋ ਜਾਏਗਾ, ਉਹਦਾ ਧਰਮ ਵੀ ਗੁਲਾਮ ਹੋਏਗਾ, ਉਹਦਾ ਕਰਮ ਵੀ ਗੁਲਾਮ ਹੋਏਗਾ, ਉਹਦਾ ਜੀਵਨ ਵੀ ਗੁਲਾਮ ਹੋਏਗਾ। ਇਸੇ ਲਈ ਅਖੀਰਲੀ ਤੁਰ ਲਾਈਨ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ, ਜਨ ਨਾਨਕ ਭਗਵੰਤ ਭਜਨ ਮੈਨੂੰ ਬਿਰਥਾ ਜਨਮ ਗਵਾਇਆ। ਸਾਰਾ ਕੁਛ ਗੁਆਚ ਗਿਆ ਕਿਉਂਕਿ ਇਹ ਨਹੀਂ ਪਛਾਣ ਸਕਿਆ ਕਿ ਮੇਰਾ ਜੀਵਨ ਜਿਹੜਾ ਹੈ ਉਹ ਗੁਲਾਮੀ ਵਿੱਚ ਬੀਤ ਰਿਹਾ ਹੈ। ਕਿਸੇ ਦਾ ਗੁਲਾਮ, ਮੈਂ ਤਾਂ ਇੱਕ ਲੇਬਰ ਵਾਂਗੂ ਮਜ਼ਦੂਰੀ ਕਰਨ ਆਇਆ, ਮਜ਼ਦੂਰੀ ਕਰ ਰਿਹਾ। ਅਤੇ ਜਿਵੇਂ ਮਜ਼ਦੂਰ ਮਜ਼ਦੂਰੀ ਕਰਕੇ ਸ਼ਾਮਾਂ ਨੂੰ ਖਾਲੀ ਹੱਥ 2-4-10 ਲੈ ਕੇ ਚਲਾ ਜਾਂਦਾ ਹੈ। ਮੈਨੂੰ ਯਾਦ ਆਈ, ਬੜੀ ਦੇਰ ਹੋਈ, ਇੱਕ ਵਾਰੀ ਐਗਜ਼ਾਂਪਲ ਦਿੱਤੀ ਸੀ ਕਿ ਬਾਦਸ਼ਾਹ ਸਿਕੰਦਰ ਜਦੋਂ ਜਾਣ ਲੱਗਾ, ਆਪਣੇ ਦੋਸਤਾਂ ਮਿੱਤਰਾਂ ਨਾਇਲਕਾਰਾਂ ਨੂੰ ਕਹਿਣ ਲੱਗਾ, ਮੇਰੀ ਇੱਕ ਗੱਲ ਯਾਦ ਰੱਖਿਓ, ਜਦੋਂ ਮੈਨੂੰ ਕਫਨ ਵਿੱਚ ਲਪੇਟੋ ਮੇਰੇ ਦੋਨੋਂ ਹੱਥ ਬਾਹਰ ਕੱਢ ਦੇਣਾ। ਹੈ ਬਾਦਸ਼ਾਹ ਸਲਾਮਤ, ਇਹ ਕਿਉਂ? ਕਹਿਣ ਲੱਗੀ, ਕਿਸੇ ਨੂੰ ਭੁਲੇਖਾ ਨਾ ਰਹਿ ਜਾਏ ਕਿ ਸਿਕੰਦਰ ਆਜ਼ਮ ਜਬ ਜਹਾਂ ਸੇ ਚਲਾ ਤੋ ਹੱਥ ਖਾਲੀ ਕਫਨ ਸੇ ਬਾਹਰ ਥਾ, ਹੱਥਾਂ ਵਿੱਚ ਕੁਛ ਨਹੀਂ, ਮਜ਼ਦੂਰੀ ਕਰ ਕਰਕੇ ਖਾ ਗਿਆ। ਸੋ ਆਪਣੀ ਮਜ਼ਦੂਰੀ ਨੂੰ ਪਛਾਣੀਏ, ਸਾਡਾ ਜੀਵਨ ਕਿੱਡਾ ਅਹਿਮੀਅਤ ਰੱਖਦਾ ਹੈ ਅਤੇ ਅਸੀਂ ਕਿਸ ਮਜ਼ਦੂਰੀ ਨਾਲ ਗੁਆ ਰਹੇ ਹਾਂ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾ, ਕੁਝ ਸਿਹਤ ਵੀ ਠੀਕ ਨਹੀਂ, ਅਜੇ ਵੀ ਮਹਿਸੂਸ ਕਰਨਾ, ਦਰਦ ਮਹਿਸੂਸ ਹੁੰਦੀ। ਹੋ ਸਕਦਾ ਇੱਕ ਅੱਧ ਵੀਕ ਤੁਹਾਡੇ ਕੋਲੋਂ ਫਿਰ ਇਜਾਜ਼ਤ ਲਵਾਂ, ਬਸ ਨਹੀਂ ਮਹਿਸੂਸ ਕਰਨਾ, ਦਰਦ ਬੋਲਣ ਲੱਗਿਆਂ ਵੀ, ਖਾਂਸੀ ਵਿੱਚ ਵੀ। ਪਰ ਚਲੋ, ਜੋ ਸਤਿਗੁਰੂ ਕਰਾਏ, ਰਾਤ ਪੁੱਛਣ ਲੱਗੇ, ਕਹਿਣ ਲੱਗੇ ਸਵੇਰੇ ਹਾਜ਼ਰੀ ਭਰੋਗੇ, ਮੈਂ ਕਿਹਾ ਕੋਸ਼ਿਸ਼ ਤਾਂ ਮੇਰੀ ਇਹ ਹੈ ਕਿਉਂਕਿ ਅੱਗੇ ਆਖੀਦਾ ਹੈ ਕੀਰਤਨ ਨਾਮ ਸਿਮਰਤ ਰਹੋਂ ਜਬ ਲਗ ਘਟ ਸਾਸ। ਜਿੰਨੀ ਦੇਰ ਸਵਾਸ ਚੱਲਦੇ ਨੇ ਭਲਾ ਕੀਰਤਨ ਕਰਦਾ ਰਹਾਂ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।